हाँ जी, सत श्री अकाल पंजाबीओ, की हाल चाल है। मैं थोड़ा अपना हरप्रीत सिंह, होप के तुसी सारे वधिया ते ठीक ठाक होवोगे। ते मेरे नाल कुलदीप सिंह। ते दोस्तों, अज दे ब्लॉग दे विच तुहानू दिखाउणे आ पुराने सभ्याचार दी झलक पिंड बहमनवाना दी सथ विच। ते उस तो पहला साडे वीडियो नू लाइक कर दिया करो, ते बैल आइकन दे बटन नू जरूर दबदिया करो जी। ते आ जाओ, तुहानू लैके चलदे आ पिंड बहमनवाना दी सथ दे विच। ते आ जाओ जी, आ खड़ा साडा साधन, ते आ जाओ। ते कुलदीप सिंह जी साढ़े तैयार ने। ते चलो कुलदीप सिंह जी, आप चलते हैं अपनी सत्थ पिंड बहमनवाना दे विच। ते उत्थे करते हैं गल्लां बातां, ते दिखाउणे हैं तुहानू जी पुराने लोगों की सत्थ। ਇੱਥੋਂ ਥੋੜ੍ਹੀ ਦੂਰੀ 'ਤੇ ਹੀ ਹੈ। ਨਿੱਕੇ ਨਿੱਕੇ ਬੱਚੇ ਬਹੁਤ ਪਿਆਰੇ ਲੱਗਦੇ ਆ ਜੀ। ਅਤੇ ਆਪਾਂ ਬਸ ਪਹੁੰਚ ਹੀ ਚੁੱਕੇ ਹਾਂ ਜੀ। ਅਤੇ ਲਗਭਗ ਇੱਥੇ ਆ, ਦੇਖੋ ਜੀ, ਆਪਾਂ ਪਹੁੰਚ ਹੀ ਚੁੱਕੇ ਹਾਂ। ਅਤੇ ਆ ਗਏ ਜੀ ਸੱਭਿਆਚਾਰਕ ਸੱਥ ਪਿੰਡ ਬਹਿਮਨਵਾਨਾ। ਅਤੇ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਸੱਭਿਆਚਾਰਕ ਸੱਥ ਦੇ ਵਿੱਚ ਪਿੰਡ ਬਹਿਮਨਵਾਨਾ। ਅਤੇ ਆਹ ਦੇਖੋ ਜੀ, ਤੁਹਾਨੂੰ ਦਿਖਾਉਣੇ ਆ ਪੁਰਾਣੇ ਵਿਰਸੇ ਦੀ ਝਲਕ। ਆਹ ਦੇਖੋ ਜੀ, ਅਤੇ ਆਪਾਂ ਜ਼ਿਆਦਾ ਜਾਣਕਾਰੀ ਲੈਣ ਲਈ ਆਪਾਂ ਪੁੱਛਦੇ ਹਾਂ ਇੱਕ ਬਾਬਾ ਜੀ ਤੋਂ। ਆਪਾਂ ਪੁੱਛਦੇ ਹਾਂ ਵੀ ਇਹਦੀ ਸਥਾਪਨਾ ਕਦੋਂ ਹੋਈ ਅਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੇ ਨੂੰ। ਅਤੇ ਆ ਜਾਓ ਜੀ, ਆਪਾਂ ਜਾਣਕਾਰੀ ਲੈਣ ਵਾਸਤੇ ਚੱਲਦੇ ਹਾਂ ਜੀ। ਸੱਤੀ ਮੇਰੀ ਹੈ, ਅਤੇ ਆਪਾਂ ਜੀ ਬਾਬਾ ਰਣਜੀਤ ਸਿੰਘ ਜੀ ਤੋਂ ਪੁੱਛਦੇ ਹਾਂ ਵੀ ਇਹ ਜਿਹੜੀਆਂ ਸੱਭਿਆਚਾਰਕ ਸੱਥਾਂ ਹੈ ਇਹਦਾ ਖਤਮ ਹੋਣ ਦਾ ਕੀ ਕਾਰਨ ਹੈ, ਅਤੇ ਆਪਣਾ ਜਿਹੜਾ ਇਹ ਕਮਿਊਨਿਟੀ ਸੈਂਟਰ ਹੈ ਇਹ ਕਦੋਂ ਬਣਿਆ ਅਤੇ ਕਿੰਨਾ ਟਾਈਮ ਹੋ ਗਿਆ ਜੀ, ਅਤੇ ਇਹਦੇ ਬਾਰੇ ਸਾਨੂੰ ਸਾਰੀ ਜਾਣਕਾਰੀ ਦਿਓ। ਕਮਿਊਨਿਟੀ ਸੈਂਟਰ ਬਣਿਆ 1985-96। ਅੱਛਾ ਜੀ, ਉਦੋਂ ਬਾਅਦ ਇਹਦਾ ਉਦਘਾਟਨ ਕਰਿਆ ਮਾਨਯੋਗ ਚਰਨਜੀਤ ਦਾਲ ਨੇ 1997 ਚ। ਅੱਛਾ ਜੀ, ਇਹ ਬੈਠਣ ਦਾ ਮੌਕਾ ਬਸ ਤਾਂ ਇਹ ਹੈ ਵੀ ਸਾਡੇ ਹੁਣ ਸੱਭਿਆਚਾਰਕ ਪੁਰਾਣਾ ਖਤਮ ਹੋ ਗਿਆ ਮੋਬਾਈਲਾਂ ਨਾਲ। ਬਿਲਕੁਲ ਜੀ, ਮੋਬਾਈਲਾਂ ਨਾਲ ਸਾਡਾ ਸੱਭਿਆਚਾਰ ਖਤਮ ਹੋ ਗਿਆ, ਬਾਕੀ ਆਸਮੇ ਭਾਈਚਾਰਾ ਟੁੱਟ ਗਿਆ। ਬਿਲਕੁਲ ਬਿਲਕੁਲ, ਇਹ ਲੋਕ ਇੱਥੋਂ ਵਸਨੀਕ ਜਿਹੜੇ ਬਾਹਰ ਜਾ ਰਹੇ ਹੈ, ਸਰਕਾਰਾਂ ਦਾ ਮੰਦਾ ਹਾਲ ਹੋ ਗਿਆ, ਜਿਸ ਕਾਰਨ ਭਾਈਚਾਰਾ ਵੀ ਟੁੱਟ ਗਿਆ, ਸੱਭਿਆਚਾਰਕ ਵੀ ਖਤਮ ਹੋ ਗਿਆ ਸਾਡਾ। ਠੀਕ ਹੈ ਜੀ, ਅਤੇ ਜਾਣੀ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਇਹ ਮੋਹ ਪਿਆਰ ਰਿਹਾ ਨਹੀਂ ਪਹਿਲਾਂ ਵਾਲਾ। ਠੀਕ ਹੈ ਜੀ, ਅਤੇ ਇਹ ਬਾਬਾ ਜੀ ਫਿਰ ਕਿੰਨਾ ਟਾਈਮ ਹੋ ਗਿਆ ਇਹ ਤੁਹਾਨੂੰ ਫਿਰ ਇਹ ਮੋਹ ਪਿਆਰ, ਇਹ ਕਿੰਨਾ ਟਾਈਮ ਹੋ ਗਿਆ ਵਿੱਚ ਬੈਠਿਆਂ ਨੂੰ, ਤੁਹਾਨੂੰ ਇਹ ਕਿੰਨੇ ਟਾਈਮ ਤੋਂ ਬੈਠਦੇ ਹੋਣੇ ਤੁਸੀਂ ਇੱਥੇ? 25-30 ਸਾਲ। ਅੱਛਾ ਜੀ, ਅਤੇ ਲਗਾਤਾਰ ਫਿਰ ਕੋਈ ਤੁਸੀਂ ਫਿਰ ਨਾਗਾ ਨਹੀਂ ਪਾਇਆ ਹੈ ਇੱਥੇ? ਨਹੀਂ ਨਾਗਾ ਪਾਉਂਦੇ। ਠੀਕ ਹੈ ਜੀ, ਅਤੇ ਤੁਸੀਂ ਕੁਛ ਬੋਲਣਾ ਚਾਹੋਗੇ? ਦਾਂਤ ਨਾਲ 20-30 ਬਿਮਾਰੀਆਂ ਵੀ ਟੁੱਟਦੀਆਂ ਖੇਡਣ ਨਾਲ। ਅੱਛਾ ਜੀ, 20-30। ਠੀਕ ਹੈ ਜੀ, ਹਸਮੁਖ ਬੰਦਾ ਹੋ ਜਾਂਦਾ, ਹੱਸਾਂ ਨਾਲ ਬਿਮਾਰੀ ਟੁੱਟਦੀ ਹੈ, ਖੂਨ ਦੀ ਵਾਧਾ ਹੈ। ਠੀਕ ਹੈ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਠੀਕ ਹੈ, ਅਤੇ ਬੰਦੇ ਦਾ ਡਿਪਰੈਸ਼ਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਠੀਕ ਹੈ ਜੀ, ਹੋਰ ਦਿਖਾਉਣੇ ਆ ਉਧਰ ਆਪਾਂ ਖੂਹ ਦਿਖਾਉਣੇ ਆ, ਇਹ ਵੀ ਬਹੁਤ ਪੁਰਾਣਾ ਖੂਹ ਹੈ ਜੀ। ਤੇ ਆਹ ਦੇਖੋ, ਇੱਥੇ ਆਹ ਤਾਰ ਜਾਂਦੀ ਹੋਈ, ਇੱਥੇ ਮੋਟਰ ਵੀ ਲੱਗੀ ਹੈ, ਅਤੇ ਸੁਬਹਾ ਯਾਨੀ ਕਿ ਵੀ ਸਾਫ਼ ਸਫਾਈ ਦਾ ਖਾਸ ਪ੍ਰਬੰਧ ਕੀਤਾ ਗਿਆ ਇੱਥੇ, ਅਤੇ ਲੋਕ ਪਾਣੀ ਵੀ ਲੈ ਕੇ ਜਾਂਦੇ ਜੀ ਪੀਣ ਨੂੰ, ਬਹੁਤ ਵਧੀਆ ਪਾਣੀ ਹੈ ਇੱਥੇ। ਅਤੇ ਆਪਣੇ ਬਜ਼ੁਰਗਾਂ ਦਾ ਕਹਿਣਾ ਵੀ ਫੌਜ ਦੀ ਜਿਹੜੀ ਫੌਜ ਹੈਗੀ ਆਪਣੀ ਮਿਲਟਰੀ, ਉਹ ਵੀ ਇੱਥੋਂ ਪਾਣੀ ਲਿਆਉਂਦੀ ਰਹੀ ਹੈਗੀ। ਅਤੇ ਆਹ ਦੇਖੋ ਜੀ, ਇੱਧਰ ਮੋਟਰ ਵੀ ਲੱਗੀ ਹੈ,
ਤੇ ਚਲੋ ਠੀਕ ਹੈ ਜੀ, ਫਿਰ ਅੱਗੇ ਤੋਂ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਬਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਕਰਾਂਗੇ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ ਅਤੇ ਲਾਈਕ ਕਰਦਿਆ ਕਰੋ ਜੀ, ਤਾਂ ਕਿ ਅੱਗੇ ਤੋਂ ਤੁਹਾਡੇ ਵਾਸਤੇ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਬਲੌਗ ਅਤੇ ਵੀਡੀਓ ਇੰਟਰਵਿਊ ਲੈ ਕੇ ਹਾਜ਼ਰ ਹੋਇਆ ਕਰੀਏ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਸਦੇ ਰਹੋ, ਲਵ ਯੂ ਆਲ।